होशियारपुर से बीजेपी के सांसद विजय सांपला को केंद्रीय मंत्रिमंडल में मंत्री का दर्जा मिलने के बाद वे पंजाब के दौरे पर आए हैं इस दौरान वे गुरु नगरी अमृतसर पहुंचे जहां उनका भव्य स्वागत किया गया इसके बाद उन्होंने अमृतसर स्थित सचखंड श्री हरिमंदिर साहिब जी में नतमस्तक हो गुरु घर की खुशियां प्राप्त की वहीं पत्रकारों से बातचीत करते हुए उन्होंने कहा कि अकाली दल और बीजेपी में कोई विरोध नहीं है आने वाले नगर काउंसिल और नगर निगम के चुनाव अकाली भाजपा मिलकर लड़ेंगे इसके साथ ही उन्होंने कहा कि जो नशे की समस्या पंजाब में है उसके लिए कांग्रेस जिम्मेदार है क्योंकि जब कांग्रेस देश में राज करती थी तब सीमा से नशे का सामान आसानी से आता था लेकिन अब सीमा सुरक्षित है इस नगर निगम के मेयर बख्शी राम अरोड़ा पार्षद राजेश हनी पार्षद जरनेल सिंह डोट तरुण चुग डॉक्टर राज चावला और राजेंद्र मोहन छीना कैबिनेट मंत्री अनिल जोशी केवल कुमार सचिव डॉक्टर सुभाष शर्मा रीना जेटली जिला ਪ੍ਰਧਾਨ ਨਰੇਸ਼ ਸ਼ਰਮਾ ਵੀ ਮੌਜੂਦ ਸਨ ਮੈਂ ਮੰਤਰੀ ਬਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਚ ਆਇਆ ਔਰ ਪੰਜਾਬ ਦੇ ਵਿੱਚ ਬਾਕੀ ਸਾਰੇ ਕੰਮ ਕੰਦ ਤੋਂ ਪਹਿਲਾਂ ਆਪਣਾ ਸ਼ੀਸ਼ ਝੁਕਾਉਣ ਦੇ ਲਈ ਫੇਰੀ ਹਰਿਮੰਦਰ ਸਾਹਿਬ ਆਇਆ ਔਰ ਉਹਨਾਂ ਤੋਂ ਅਸ਼ੀਰਵਾਦ ਲੈਣ ਆਇਆ ਕਿ ਤਾਂ ਕਿ ਜਿਹੜੀ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਉਸ ਨੂੰ ਮੈਂ ਵਾਕੂ ਵੀ ਨਿਭਾਉਣ ਜਿਹੜਾ ਆ ਮੇਰਾ ਮਨਵਲਪ ਬਣਿਆ ਰਹੇ ਤਿੰਨ ਦਿਨ ਹੋ ਗਏ ਇਹੀ ਜਵਾਬ ਦੇ ਕੋਈ ਐਸੀ ਕੋਈ ਗੱਲ ਨਹੀਂ ਹੈਗੀ ਪਤਾ ਨਹੀਂ ਮੈਨੂੰ ਕਿ ਸਾਡੇ ਕੋਲ ਤਾਂ ਕੋਈ ਨਹੀਂ ਕਰ ਰਿਹਾ ਅੱਜ ਤਾਂ ਸੁਖਵੀਰ ਦਾ ਵੀ ਬਿਆਨ ਲੱਗਾ ਕਿ ਅਸੀਂ ਦਿੱਲੀ ਦੀਆਂ ਚੋਣਾ ਇਕੱਠੇ ਲੜ ਰਹੇ ਹਾਂ ਮੈਂ ਸਿਰਫ ਭਾਰਤੀ ਜਨਤਾ ਪਾਰਟੀ ਦੀ ਨੀਤੀ ਦੇ ਹੱਕਦਾਰ ਆ ਇਸੇ ਕਰਕੇ ਮੈਂ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਹੋਣ ਦੇ ਨਾਤੇ ਮੈਨੂੰ ਮਾਣ ਭਾਰਤੀ ਜਨਤਾ ਪਾਰਟੀ ਦੇ ਵਿੱਚ ਐਸੀ ਪਾਰਟੀ ਦੇ ਵਿੱਚ ਕੰਮ ਕਰਦਿਆਂ ਮੈਨੂੰ ਫਖਰ ਆ ਔਰ ਵਰਕਰ ਦੀ ਕਾਰਕ ਸ਼ੈਲੀ ਨੂੰ ਦੇਖ ਕੇ ਹੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਵਰਕਰ ਦੀ ਜਿਹੜੇ ਉਹਨਾਂ ਦੀ ਨੁਮਾਇੰਦਗੀ ਤੈਅ ਕੀਤੀ ਜਾਂਦੀ ਹੈ ਔਰ ਇਸ ਤੋਂ ਵੱਡੀ ਹੋਰ ਮਾਣ ਦੀ ਕੀ ਗੱਲ ਹੋ ਸਕਦੀ ਹੈ ਕਿ ਇੱਕ ਚਾਹ ਵੇਚਣ ਵਾਲਾ ਵਿਅਕਤੀ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਆ ਔਰ ਜਿਹੜਾ ਕਦੀ ਮਜ਼ਦੂਰ ਬੇਲਚਾ ਚਲਾਉਂਦਾ ਸੀ ਫਵਾੜਾ ਚਲਾਉਂਦਾ ਸੀ ਕਈ ਚਲਾਉਂਦਾ ਸੀ ਅੱਜ ਉਹ ਨਰਿੰਦਰ ਮੋਦੀ ਜੀ ਦੇ ਨਾਲ ਮੰਤਰੀਪਦ ਦੇ ਨਾਲ ਜਿਹੜਾ ਮਾਨ ਜਿਹੜਾ ਮਾਣ ਪ੍ਰਾਪਤ ਹੋਇਆ ਤੋ ਇਥੇ ਅਸੀਂ ਇਹ ਕਹਿ ਸਕਦੇ ਹਾਂ ਕਿ ਨਾ ਪਾਰਟੀ ਦੇ ਵਿੱਚ ਪਰਿਵਾਰਵਾਦ ਹੈ ਨਾ ਭਾਈ ਭਤੀਜਾਵਾਦ ਤੇ ਨਾ ਹੀ ਪੂੰਜੀਵਾਦ ਪਰ ਇਹ ਮੁੱਖ ਜਿਹੜੇ ਨਸ਼ੇ ਦੇ ਵਿੱਚ ਆਉਣ ਦਾ ਜਿਹੜਾ ਬਹੁਤ ਵੱਡਾ ਕਾਰਨ ਜਿਹੜਾ ਅਸੀਂ ਇਹ ਯੂਪੀਏ ਸਰਕਾਰ ਦਾ ਮੰਨਦੇ ਹਾਂ ਬਾਰਡਰ ਦੇ ਉੱਤੇ ਜਿਹੜੀ ਕਮਜ਼ੋਰ ਸਰਕਾਰ ਹੋਣ ਦੇ ਕਰਕੇ ਬਾਰਡਰ ਤੇ ਜੁੜੀ ਉਹਨਾਂ ਦੀ ਸਖਤੀ ਬਣਦੀ ਸੀ ਉਹ ਨਹੀਂ ਕਰ ਪਾਈ ਪਰ ਹੁਣ ਨਰਿੰਦਰ ਮੋਦੀ ਜੀ ਦੇ ਨੇਤ੍ਰਿਤਵ ਦੇ ਵਿੱਚ ਇੱਕ ਮਜ਼ਬੂਤ ਤੇ ਫੈਸਲੇ ਲੈਣ ਵਾਲੀ ਜਿਹੜੀ ਸਰਕਾਰ ਬਣ ਗਈ ਹੈ ਔਰ ਜਿਹਦੇ ਕਰਕੇ ਰੋਜ਼ ਬਾਰਡਰ ਦੇ ਉੱਤੇ ਜਿਹੜੀ ਆ ਡਰੱਗਸ ਫੜੀ ਵੀ ਜਾਂਦੀ ਆ ਔਰ ਉਹਨਾਂ ਦੇ ਤੋਂ ਡਰ ਕੇ ਹੁਣ ਬਹੁਤ ਸਾਰੇ ਤਾਂ ਵੈਸੇ ਹੀ ਇਸ ਧੰਦੇ ਤੋਂ ਹਟ ਗਏ ਸੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ 'ਚ ਜਿਹੜੀ ਨਸ਼ੇ ਦੀ ਸਮੱਸਿਆ ਉਹ ਨਹੀਂ ਰਹੇਗੀ